ਜਿਹੜੇ ਬੰਦੇ ਹੱਜ ਕਰਨ ਜਾਂਦੇ ਨੇ ਉਹਨਾਂ ਵਾਸਤੇ ਨਬੀ ਪਾਕ ਨੇ ਹੱਦ ਮੁਕਰਰ ਕੀਤੀ ਹੈ। ਜਿਹੜੇ ਬੰਦੇ ਪਾਕਿਸਤਾਨ ਤੋਂ ਜਾਂਦੇ ਨੇ ਡਾਇਰੈਕਟ ਮੱਕਾ ਸ਼ਰੀਫ ਬਈ ਜੱਦੇ ਜਾ ਕੇ ਲੈਂਦੇ ਨੇ, ਉਹਨਾਂ ਨੂੰ ਇੱਥੋਂ ਇਹਰਾਮ ਬਣਨਾ ਜ਼ਰੂਰੀ ਹੈ। ਅਗਰ ਉਹਨਾਂ ਡਾਇਰੈਕਟ ਜਾਣਾ ਤਾਂ ਬਈ ਰਾਹ 'ਚ ਅਗਰ ਦੁਬਈ ਜਾਂ ਕਿਸੇ ਜਗ੍ਹਾ 'ਤੇ ਰੁਕਦੇ ਨਹੀਂ, ਡਾਇਰੈਕਟ ਫਲਾਈਟ ਹੈ, ਤਾਂ ਉਹਨਾਂ ਫਿਰ ਇੱਥੋਂ ਹੀ ਇਹਰਾਮ ਬੰਨ ਲੈਣਾ, ਕਿਉਂਕਿ ਰਾਹ ਦੇ ਵਿੱਚ ਇੱਕ ਜਗ੍ਹਾ ਹੁੰਦੀ ਹੈ, ਉੱਥੋਂ ਉਹਨਾਂ ਨੇ ਇਹਰਾਮ ਬੰਨ ਕੇ ਨੀਯਤ ਕਰਨੀ ਹੁੰਦੀ ਹੈ, ਕਿਉਂਕਿ ਜਹਾਜ਼ 'ਚ ਇਸ ਤਰ੍ਹਾਂ ਫਿਰ ਮੁਮਕਿਨ ਨਹੀਂ ਹੁੰਦਾ। ਉਹ ਫਿਰ ਇੱਥੇ ਹੀ ਏਅਰਪੋਰਟ 'ਤੇ ਉਹ ਇਹਰਾਮ ਬੰਨ ਲੈਂਦੇ ਨੇ। ਹੁਣ ਜਹਾਜ਼ ਦੇ ਵਿੱਚ ਐਲਾਨ ਵੀ ਹੁੰਦਾ ਕਿ ਹੁਣ ਤੁਸੀਂ ਇਸ ਮੁਕਾਮ 'ਤੇ ਗੁਜ਼ਰ ਰਹੇ ਹੋ ਅਤੇ ਤੁਸੀਂ ਇੱਥੇ ਨਾ ਨੀਯਤ ਕਰ ਲਓ, ਅਤੇ ਇਹਰਾਮ ਵਗੈਰਾ ਜਿਹੜਾ ਉਹ ਇੱਥੇ ਹੀ ਬੰਨ ਕੇ ਜਾਣਾ ਜ਼ਰੂਰੀ ਹੈ। ਬਾਜ਼ ਬੰਦੇ ਜਿਹੜੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਅਤੇ ਉਹ ਉੱਥੇ ਜਾ ਕੇ ਜੱਦੇ ਫਿਰ ਇਹਰਾਮ ਬੰਨਦੇ ਨੇ, ਉਹਨਾਂ 'ਤੇ ਦਮ ਪੈ ਜਾਏਗਾ। ਦਮ ਦਾ ਮਤਲਬ ਕੀ ਹੈ ਕਿ ਉਹਨਾਂ ਅੱਲਾਹ ਦੀ ਰਾਹ 'ਤੇ ਸਦਕਾ ਦੇਣਾ, ਬੱਕਰਾ ਦੇਣਾ ਨੇ, ਉੱਥੇ ਹੀ ਦੇਣਾ, ਉੱਥੇ ਜਗ੍ਹਾ ਬਣੀ ਹੁੰਦੀ, ਉੱਥੇ ਪੈਸੇ ਜਮ੍ਹਾਂ ਕਰਾਉਣੇ ਹੁੰਦੇ ਨੇ। ਅਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਨੇ ਖੁਦ ਹੱਦ ਮੁਕਰਰ ਫਰਮਾਈ ਹੈ, ਹਦੀਸ ਪਾਕ ਹੈ, ਸਹੀ ਬੁਖਾਰੀ, ਹਦੀਸ ਨੰਬਰ 1524। ਰਸੂਲ ਕਰੀਮ ਅਲੈਹਿ ਸਲਾਮ ਨੇ ਫਰਮਾਇਆ, ਮਦੀਨੇ ਸ਼ਰੀਫ ਵਾਲੇ ਜਿਹੜੇ ਬੰਦੇ ਨੇ ਉਹਨਾਂ ਦਾ ਇਹਰਾਮ ਬੰਨਣ ਦੀ ਜਗ੍ਹਾ ਜ਼ੁਲਹੁਲੈਫ ਹੈ, ਉੱਥੇ ਇਹਰਾਮ ਬੰਨ ਕੇ ਫਿਰ ਅੱਗੇ ਜਾ ਸਕਦੇ ਨੇ। ਔਰ ਜਿਹੜੇ ਸ਼ਾਮ ਵਾਲੇ ਲੋਕ ਨੇ ਉਹਨਾਂ ਦੇ ਇਹਰਾਮ ਬੰਨਣ ਦੀ ਜਗ੍ਹਾ ਜੁਹਫਾ ਹੈ, ਔਰ ਨਜਦ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਇਹਰਾਮ ਬੰਨਣ ਦੀ ਜਿਹੜੀ ਜਗ੍ਹਾ ਉਹ ਕਰਨ, ਔਰ ਯਮਨ ਵਾਲੇ ਜਿਹੜੇ ਲੋਕ ਨੇ ਉਸ ਪਾਸਿਓਂ ਜਿਹੜੇ ਆਉਣਗੇ ਉਹਨਾਂ ਦੀ ਜਿਹੜੀ ਜਗ੍ਹਾ ਉਹ ਯਲਮ ਲਮ। ਇਹ ਚੌਵਾਂ ਪਾਸੇ ਸਰਕਾਰ ਨੇ ਫਰਮਾਇਆ। ਔਰ ਜਿਹੜੇ ਬੰਦੇ ਮਿਕਾਤ ਤੋਂ ਅੱਗੇ ਨੇ, ਅੱਗੇ ਹੀ ਵਿੱਚ ਰਹਿੰਦੇ ਨੇ, ਉਹ ਜਿੱਥੋਂ ਟੁਰਨਗੇ ਉੱਥੋਂ ਹੀ ਇਹਰਾਮ ਬੰਨ ਲੈਣ। ਔਰ ਜਿਹੜੇ ਬੰਦੇ ਹਰਮ ਦੀ ਹਦੂਦ ਦੇ ਵਿੱਚ ਰਹਿੰਦੇ ਨੇ ਉਹ ਹਰਮ ਦੀ ਹਦੂਦ ਦੇ ਵਿੱਚੋਂ ਹੀ ਇਹਰਾਮ ਬੰਨਣਗੇ, ਜਿਹੜੇ ਮੱਕੇ ਸ਼ਰੀਫ ਦੇ ਵਿੱਚ ਨੇ ਉਹ ਮੱਕੇ ਤੋਂ ਹੀ ਆਪਣਾ ਇਹਰਾਮ ਬੰਨਣਗੇ। ਅਤੇ ਇਹ ਨਬੀ ਪਾਕ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਨੇ ਹੱਦਬੰਦੀ ਮੁਕਰਰ ਫਰਮਾਈ ਹੈ। ਤੋ ਬਗੈਰ ਇਹਰਾਮ ਤੋਂ ਮੀਕਾਤ ਜਿਹੜੀ ਜਗ੍ਹਾ ਮੁਕਰਰ ਕੀਤੀ ਗਈ ਉਸ ਤੋਂ ਅੱਗੇ ਨਹੀਂ ਜਾ ਸਕਦੇ, ਵਗੈਰਾ ਦਮ ਪੈ ਜਾਏਗਾ। ਤੋ ਪਿੱਛੇ ਮੇਰੇ ਕੋਈ ਦੋਸਤ ਪੁੱਛਦੇ ਸਨ ਕਿ ਮੈਂ ਤਾਂ ਸਿੱਧੇ ਡਾਇਰੈਕਟ ਜੱਦੇ ਚਲਾ ਗਿਆ ਸਾਂ, ਉੱਥੇ ਜਾ ਕੇ ਇਹਰਾਮ ਬੰਨਿਆ, ਉੱਥੋਂ ਦੇ ਬੰਦੇ ਤਾਂ ਉੱਥੋਂ ਹੀ ਬਣਦੇ ਸਨ, ਅਤੇ ਮੈਂ ਕਿਹਾ ਉੱਥੋਂ ਦੇ ਬੰਦੇ ਉੱਥੋਂ ਹੀ ਬਣਨਾ, ਉਹਨਾਂ ਪਾਕਿਸਤਾਨ ਤੋਂ ਆ ਕੇ ਬਣਨਾ, ਤੁਹਾਡੇ ਵਾਸਤੇ ਹੁਕਮ ਹੋ ਰਹੇ, ਉਹਨਾਂ ਵਾਸਤੇ ਹੁਕਮ ਹੋ ਰਹੇ, ਉਹ ਮਿਕਾਤ ਦੇ ਅੰਦਰ ਰਹਿੰਦੇ ਨੇ, ਮਿਕਾਤ ਵਾਲੀ ਜਗ੍ਹਾ ਤੋਂ ਅੱਗੇ ਨੇ, ਤੁਸੀਂ ਪਿੱਛੇ ਹੋ, ਤੁਸਾਂ ਉੱਥੇ ਜਦੋਂ ਜਾਣਾ ਤਾਂ ਇਹਰਾਮ ਦੀ ਹਾਲਤ 'ਚ ਜਾਣਾ, ਉਹ ਜਿੱਥੇ ਰਹਿੰਦੇ ਨੇ ਉਹਨਾਂ ਉੱਥੋਂ ਬੰਨ ਕੇ ਜਾਣਾ, ਜਿਹੜੇ ਮੱਕੇ ਸ਼ਰੀਫ ਦੇ ਵਿੱਚ ਨੇ ਉਹਨਾਂ ਉੱਥੋਂ ਬੰਨਣਾ। ਤੋ ਲਿਹਾਜ਼ਾ ਇਹਰਾਮ ਬੰਨਣ ਤੋਂ ਬਗੈਰ ਮਿਕਾਤ ਵਾਲੀ ਜਗ੍ਹਾ ਤੋਂ ਅੱਗੇ ਨਹੀਂ ਜਾ ਸਕਦੇ, ਠੀਕ ਹੈ। ਕਈ ਬੰਦੇ ਹੱਜ ਉਮਰਾ ਕਰਦੇ ਨੇ ਤਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ, ਐਡਾ ਔਖਾ ਕੰਮ ਨਹੀਂ, ਥੋੜ੍ਹਾ ਸਿੱਖ ਲੈਣਾ ਚਾਹੀਦਾ, ਬੜਾ ਸੌਖਾ ਹੈ, ਬੜਾ ਆਸਾਨ ਤਰੀਕਾ, ਉਮਰਾ ਬਿਲਕੁਲ ਆਸਾਨ ਹੈ, ਹੱਜ ਥੋੜ੍ਹਾ ਜਿਹਾ ਹੈ ਵੇ ਮੁਸ਼ਕਿਲ, ਲੇਕਿਨ ਉਹ ਫਿਰ ਦੁਨੀਆ ਉੱਥੇ ਨਾਲ ਹੁੰਦੀ ਹੈ, ਨਾਲ ਗਾਈਡ ਕਰਨ ਵਾਲੇ ਵੀ ਹੁੰਦੇ ਨੇ, ਉਲਾਮਾ ਜਾਂ ਮੁਫਤੀਆਂ ਨੇ ਕਿਰਾਮ ਜਾਂ ਬਾਜ਼ ਬੰਦੇ ਜਿਹੜੇ ਜਾਂਦੇ ਨੇ ਉਹਨਾਂ ਨੂੰ ਪਤਾ ਹੁੰਦਾ।